ਸਤਿ ਸ਼੍ਰੀ ਅਕਾਲ ਜੀ ਸਾਰੇ ਈਵਰਸ ਦਾ ਮੈਂ ਤੁਹਾਡਾ ਆਪਣਾ ਦਿਲਪ੍ਰੀਤ ਤੇ ਤੁਹਾਡੀ ਬਦੌਲਤ ਆਪਾਂ ਫੇਰ ਇੱਥੇ ਪਹੁੰਚੇ ਆ ਕਿਉਂਕਿ ਤੁਸੀਂ ਜਿਹੜੀ ਰਜਿੰਦਰ ਜੀ ਦੀ ਯਾਨੀ ਕਿ ਡਿਪਟੀ ਰਾਜਾ ਜੀ ਦੀ ਪੋਡਕਾਸਟ ਸੁਣੀ ਸੀ ਜਾਂ ਉਹਨਾਂ ਦੀ ਗੱਲਾਂ ਸੁਨੀਆਂ ਸੀ ਤੇ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤੀਆਂ ਤੇ ਬੜੀਆਂ ਨੇਚਰਲ ਰੌ ਗੱਲਾਂ ਸੀਗੀਆਂ ਤੇ ਸਾਰਿਆਂ ਦਾ ਇਹੀ ਸੀਗਾ ਕਿ ਬਸ ਆਪਾਂ ਡਿਪਟੀ ਰਾਜਾ ਜੀ ਨਾਲ ਬਹਿ ਕੇ ਇੱਕ ਵਾਰ ਫੇਰ ਗੱਲਬਾਤ ਕਰੀਏ ਕਿਉਂਕਿ ਉਹਨਾਂ ਦੀਆਂ ਗੱਲਾਂ ਯਾਨੀ ਕਿ ਤੁਹਾਡੀਆਂ ਗੱਲਾਂ ਬਹੁਤ ਇਨਫਲੂਐਂਸ ਕਰਦੀਆਂ ਨੇ ਜਿਹੜੇ ਨਵੇਂ ਬੱਚੇ ਆ ਜਾਂ ਜਿਹੜੀ ਅੱਜਕੱਲ ਦੀ ਪਨੀਰੀ ਆ ਜਿਹੜੀ ਐਕਟਿੰਗ ਲਾਈਨ ਚ ਜਾਣਾ ਚਾਹੁੰਦੇ ਆ ਤੁਹਾਡੇ ਲਾਈਫ ਚ ਜਿਹੜੇ ਮੋੜ ਆਏ ਜਿਹੜੇ ਤੁਸੀਂ ਕਟੜ ਫੈਸਲੇ ਲਏ ਆਪਾਂ ਉਹਦੇ ਰਿਗਾਰਡਿੰਗ ਗੱਲ ਕਰਾਂਗੇ ਤਾਂ ਕਿ ਕਿਤੇ ਨਾ ਕਿਤੇ ਜਿਹੜੇ ਅੱਜਕੱਲ ਦੇ ਬੱਚੇ ਆ ਉਹ ਜੋ ਕਰਨਾ ਚਾਹੁੰਦੇ ਆ ਇਹ ਨਹੀਂ ਖਾਲੀ ਐਕਟਿੰਗ ਲਾਈਨ ਹੀਰੋ ਤੁਸੀਂ ਕਿਤੇ ਵੀ ਬਣ ਸਕਦੇ ਹੋ ਉਹਦੇ ਵੱਲ ਤੁਰਨ ਲਈ ਪਿੱਛੋਂ ਸੰਸਕਾਰ ਹੀ ਹੁੰਦੇ ਆ ਸਭ ਦੇ ਵੱਖਰੇ ਵੱਖਰੇ ਨਹੀਂ ਹੁੰਦੇ ਠੀਕ ਹੈ ਭਾਵੇਂ ਡਾਕਟਰ ਆ ਭਾਵੇਂ ਇੰਜੀਨੀਅਰ ਆ ਭਾਵੇਂ ਐਕਟਰ ਸਭ ਸੇ ਸੋ ਪਹਿਲਾਂ ਤੇ ਬਹੁਤ-ਬਹੁਤ ਵੈਲਕਮ ਤੁਹਾਡਾ ਰਜਿੰਦਰ ਜੀ ਡਿਪਟੀ ਰਾਜਾ ਜੀ ਥੈਂਕ ਯੂ ਜੀ ਰਜਿੰਦਰ ਤੁਸੀਂ ਜਦੋਂ ਕਹਿੰਦੇ ਬੜਾ ਅੱਛਾ ਲੱਗਦਾ ਕਿਉਂਕਿ ਮੈਨੂੰ ਭੁੱਲ ਗਏ ਮੇਰੇ ਨਾਲ ਰਜਿੰਦਰ ਵੀ ਹੈਗਾ ਇੱਕ ਇਹ ਤਾਂ ਜਦੋਂ ਪਾਸਪੋਰਟ ਦੇਖਦੇ ਫਿਰ ਪਤਾ ਲੱਗਦਾ 에ਰਪੋਰਟ ਤੇ ਜਾਖਾ ਰਜਿੰਦਰ ਕੁਮਾਰ ਡਿਪਟੀ ਰਾਜਾ ਜੀ ਤੁਸੀਂ ਉਹਨਾਂ ਲਈ ਹੋ ਜਿਹੜੇ ਤੁਹਾਨੂੰ ਸਕਰੀਨ ਤੇ ਦੇਖਦੇ ਆ ਸਾਡੇ ਲਈ ਰਜਿੰਦਰ ਜੀ ਤੁਹਾਡੇ ਕੱਲੇ ਆ ਲਈਆਂ ਮੈਂ ਦਾ ਘਰ ਦੇ ਵਾਲੇ ਵੀ ਨੇ ਰਜਿੰਦਰ ਉਹਨਾਂ ਨੂੰ ਵੀ ਪਤਾ ਮੇਰਾ ਘਰ ਦਾ ਨਾਂ ਰਜਿੰਦਰ ਉਹਨਾਂ ਨੂੰ ਪਤਾ ਹੀ ਨਹੀਂ ਵੀ ਸਰਟੀਫਿਕੇਟਾਂ ਦੇ ਨਾਂ ਰਜਿੰਦਰ ਆ ਮੈਨੂੰ ਆਪ ਵੀ ਭੁੱਲ ਗਿਆ ਸੀ ਉਹਦਾ ਤੁਸੀਂ ਯਾਦ ਕਰ ਮਿਹਰਬਾਨੀ ਇੱਕ ਵਧੀਆ ਕੰਮ ਹੋ ਗਿਆ ਤੇ ਅ ਡਿਪਟੀ ਜੀ ਆਪਾਂ ਥੋੜੀ ਤੁਹਾਨੂੰ ਮੈਂ ਆਊਟਲਾਈਨ ਦੇ ਦੇਣਾ ਕਿ ਤੁਸੀਂ ਜਿਹੜੀਆਂ ਉਸ ਦਿਨ ਗੱਲਾਂ ਕੀਤੀਆਂ ਜਾਂ ਸਾਨੂੰ ਪਤਾ ਆਪਾਂ ਤੁਹਾਡੇ ਨੇੜੇ ਵੱਡੇ ਹੋਏ ਆ ਤੁਹਾਨੂੰ ਕਿੰਨੇ ਸਾਲਾਂ ਤੋਂ ਕਰਦੇ ਦੇਖਦੇ ਪਏ ਆ ਐਕਟਿੰਗ ਤਾਂ ਹੁਣ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਤੁਹਾਡੇ ਨਾਲ ਗਰੀਏ ਤੁਹਾਡੇ ਤੋਂ ਸਿੱਖੀ ਹੈ ਤੇ ਅ ਜਿਹੜੀ ਸਭ ਤੋਂ ਪਹਿਲੀ ਗੱਲ ਤੁਹਾਨੂੰ ਕਿਹੜੀ ਯਾਦ ਆਉਂਦੀ ਹੈ ਜੇ ਆਪਾਂ ਬਚਪਨ ਚ ਜਾਈਏ ਤੁਹਾਡੇ ਬਚਪਨ ਚ ਜਾਈਏ ਤੇ ਕਿਹੜੀ ਐਸੀ ਗੱਲ ਕੋਈ ਛੋਟੀ ਗੱਲ ਜਿਹਦੇ ਨਾਲ ਤੁਹਾਨੂੰ ਲੱਗਾ ਹੋਵੇ ਕਿ ਨਹੀਂ ਯਾਰ ਮੈਂ ਐਕਟਿੰਗ ਹੀ ਕਰਨੀ ਹੈ ਨਹੀਂ ਆ ਬਚਪਨ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਸੀਗਾ ਕਿ ਸਕੂਲ ਟਾਈਮ ਨਹੀਂ ਮੌਕਾ ਮਿਲਿਆ ਉਸ ਤਰ੍ਹਾਂ ਦੇ ਸਕੂਲ ਹੀ ਨਹੀਂ ਹੁੰਦਾ ਸੀ ਇੱਥੇ ਇਸ ਤਰ੍ਹਾਂ ਦੇ ਮੌਕੇ ਮਿਲਦੇ ਸੀਗੇ ਉਹ ਤੁਹਾਨੂੰ ਦੱਸਿਆ ਸੀ ਮੇਰਾ ਦੋਸਤ ਹੁੰਦਾ ਸੀ ਨਾ ਨੂੰ ਸਗਾ ਜਿਹੀ ਤੇ ਉਹ ਉਹਨੂੰ ਕਰਕੇ ਦਿਖਾਉਂਦਾ ਹੁੰਦਾ ਸੀ ਵੀ ਬਸ ਉੱਥੋਂ ਹੀ ਲੱਗਦਾ ਸੀਗਾ ਵੀ ਐਕਟਿੰਗ ਕਰ ਸਕਦੇ ਆ ਮੌਕਾ ਫੇ ਬਹੁਤ ਬਾਅਦ ਚ ਮਿਲਿਆ ਰਾਮਿਲਾਂ ਚ ਜਾ ਕੇ ਹੂੰ ਉਹ ਤਾਂ ਪਹਿਲਾਂ ਉਹਨੂੰ ਕਰਕੇ ਦਿਖਾਉਂਦਾ ਹੁੰਦਾ ਸੀ ਮੈਂ ਪਹਿਲੀ ਆਡੀਅנס ਮੇਰੀ ਉਹੀ ਸੀਗੀ ਸੋ ਜਿਹੜੇ ਅੱਜ ਕੱਲ ਦੇ ਬੱਚੇ ਐਕਟਿੰਗ ਲਾਈਨ ਦੇ ਵਿੱਚ ਜਾਣਾ ਚਾਹੁੰਦੇ ਆ ਉਹਨਾਂ ਦਾ ਪਹਿਲਾ ਸਵਾਲ ਹੁੰਦਾ ਕਿ ਆਪਾਂ ਆਪਣੇ ਪੇਰੈਂਟਸ ਨੂੰ ਕਿੱਦਾਂ ਕਨਵਿੰਸ ਕਰੀਏ ਵੈਸੇ ਤਾਂ ਜ਼ਮੀਨ ਆਸਮਾਨ ਦਾ ਫਰਕ ਹੈ ਜਦੋਂ ਤੁਹਾਡਾ ਟਾਈਮ ਸੀਗਾ ਉਦੋਂ ਪੇਰੈਂਟਸ ਨੂੰ ਇਨਫਲੂਐਂਸ ਕਰਨ ਲਈ ਬਹੁਤ ਜ਼ਿਆਦਾ ਜ਼ੋਰ ਲਾਣਾ ਪੈਂਦਾ ਸੀ ਉਹਨਾਂ ਨੂੰ ਮਨਾਉਣਾ ਕਿੱਦਾਂ ਕਿੱਦਾਂ ਆਪਾਂ ਇਸ ਲਾਈਨ 'ਤੇ ਜਾਣਾ ਚਾਹੁੰਦੇ ਹਾਂ ਕਿਉਂਕਿ ਪੁਰਾਣੇ ਲੋਕ ਤਾਂ ਕਹਿੰਦੇ ਸੀ ਕੰਜਰਖਾਨਾ ਹਾਂਜੀ ਹਾਂਜੀ ਹੁਣ ਇਹ ਤਰ੍ਹਾਂ ਕੋਈ ਰਿਹਾ ਹੀ ਨਹੀਂ ਹੁਣ ਤਾਂ ਮਾਪੇ ਨੂੰ ਕਨਵਿੰਸ ਕਰਨ ਦਾ ਕੋਈ ਰੇ ਨਹੀਂ ਮਾਪਿ ਤਾਪ ਕਹਿੰਦੇ ਨੇ ਕਿ ਬੱਚੇ ਸਾਡੇ ਆਰਟਿਸਟ ਬਣਨ ਹਾਂ ਜਿਹੜਾ ਨਹੀਂ ਵੀ ਬੰਨਾ ਚਾਹੁੰਦਾ ਉਹਨੂੰ ਧੱਕੇ ਨਾਲ ਡਾਂਸ ਕਰਾਉਂਦੇ ਜਬਰਦਸਤ ਸੀ ਕਿ ਇਹਨੂੰ ਇਹਨੂੰ ਬ ਇਹ ਜੋ ਸੀਨਾ ਹੈ ਨਾ ਆ ਬੇਟਾ ਆਓ ਕੀ ਡਾਂਸ ਕਰਕੇ ਦਿਖਾਓ ਚਾਰ ਪੰਜ ਚਾਰ ਪੰਜ ਲੋਕ ਗੈਸਟ ਆਏ ਘਰੇ ਡਾਂਸ ਕਰਕੇ ਦਿਖਾਓ ਉਹ ਸਾਰੇ ਨਹੀਂ ਕਰ ਸਕਦੇ ਸਮਝਣਾ ਚਾਹੀਦਾ ਪੇਰਨ ਸੁਮੀ ਕਿ ਹਾਂ ਜਰਨੈਲ ਕੋ ਟੈਲੈਂਟ ਹੈਗਾ ਹਾਂ ਪਰ ਅੱਜ ਕੱਲ ਇੱਕ ਇਹ ਭੁਲਿਖਾ ਪੈ ਗਿਆ ਨਾ ਮੋਬਾਈਲ ਮੋਬਾਈਲ ਦੀ ਦੁਨੀਆ ਜਿਆਦੀ ਆਈ ਹੈ ਇਸ ਕਰਕੇ ਹੁਣ ਸਾਰਿਆਂ ਨੂੰ ਇਹ ਭੁਲਿਖਾ ਪੈ ਗਿਆ ਵੀ ਅਸੀਂ ਸਾਰੇ ਆਰਟਿਸਟ ਹੀ ਆ ਹਾਂ ਮਤਲਬ ਮੈਂ ਸਮਝ ਗਿਆ ਤੁਸੀਂ ਉਹ ਰੀਲਸ ਦੀ ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ ਇੰਸਟਾਗ੍ਰam YouTube ਸਾਰੇ ਸਾਰੇ ਕਲਾਕਾਰ ਆ ਲੱਖਾਂ ਕਰੋੜਾਂ ਕਲਾਕਾਰ ਆ ਦਰਸ਼ਕ ਘਟ ਗਿਆ ਹੁਣ ਦਰਸ਼ਕ ਘਟ ਗਿਆ ਦਰਸ਼ਕ ਘਟ ਗਿਆ ਹੁਣ ਤੇ ਜਿਹਦੇ ਕੋਲ ਫੋਨ ਆ ਉਹਨੇ ਬਸ ਇਹੇ ਲਾ ਕੇ ਹਾਂ ਤੇ ਅਗਲਾ ਫੇਰ ਦੂਜੇ ਦੀ ਦੇਖਦਾ ਨਹੀਂ ਅਗਲਾ ਕਹਿੰਦਾ ਮੈਂ ਆਪ ਕਲਾਕਾਰ ਆ ਮੈਂ ਤੇਰੀ ਕਿਉਂ ਦੇਖਾਂ ਆ ਉਹ ਕੋਈ ਕਹਿੰਦਾ ਮੇਰੀ ਇਹ ਵੀਡੀਓ ਵੀਊ ਕਰੋ ਕਹਿੰਦਾ ਨਹੀਂ ਪਹਿਲਾਂ ਮੇਰੀ ਲਾਈਕ ਕਰੋ ਅੱਜ ਸਾਰੇ ਕਲਾਕਾਰਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਪਰ ਕਿਤੇ ਨਾ ਕਿਤੇ ਇਹ ਜਿਹੜਾ ਪ੍ਰੋਫੈਸ਼ਨਲ ਐਕਟਰਸ ਹੈਗੇ ਆ ਜਿਹੜੇ ਥੀਏਟਰ ਵਾਲੇ ਆ ਜਿਵੇਂ ਤੁਸੀਂ ਓ ਜਾਂ ਹੋਰ ਜਿਹੜੇ ਐਕਟਰਸ ਹੈਗੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਘਾਟਾ ਤੇ ਪੈਂਦਾ ਹੀ ਹੈ ਇਸ ਚੀਜ਼ ਦਾ ਉਹਨਾਂ ਦਾ ਜਿਹੜਾ profession ਹੈ ਉਹ ਥੋੜਾ ਖਤਰੇਜਾ ਹੈ ਜਾਂ ਹੋਰ ਵਧੀਆ ਹੋ ਗਿਆ ਨਹੀਂ ਖਤਰਾ ਸਾਨੂੰ ਤਾਂ ਕਹਾਦਾ ਹੈਗਾ ਖਤਰਾ ਉਹਨਾਂ ਨੂੰ ਆ ਜਿਹੜੇ ਬਿਨਾ ਟ੍ਰੇਨਿੰਗ ਤੋਂ ਬਿਨਾ ਥੀਏਟਰ ਤੋਂ ਬਿਨਾ ਕੋਈ ਨਰਸਰੀ ਤੋਂ ਸ਼ੁਰੂ ਸਿੱਧਾ ਹੀ ਉਥੇ ਰੀਲ ਤੇ ਹੁੰਦੇ ਜਿੱਥੇ ਉਹ ਪਹਿਲਾਂ ਉਹਨਾਂ ਨੂੰ ਲੱਗਦਾ ਵੀ ਮੇਰੇ 1 ਮਿਲੀਅਨ ਸਬਸਕ੍ਰਾਈਬਰ ਹੋ ਗਏ ਮੇਰੇ ਐਨੇ ਵਿਊ ਹੋ ਗਏ ਉਹ ਖਤਰੇ 'ਚ ਆ ਕਿਉਂਕਿ ਉਹਨਾਂ ਨੂੰ ਉਹ ਗਲਤਫਹਿਮੀ 10 20 30 ਸਕਿੰਟ ਦੀ ਰੀਲ ਕਰਕੇ ਉਹਨਾਂ ਨੂੰ ਗਲਤਫਹਿਮੀ ਹੋ ਜਾਂਦੀ ਵੀ ਅਸੀਂ ਆਰਟਿਸਟ ਬਣ ਗਏ ਆ ਹਾਂ ਉਹ ਉਹਨਾਂ ਨੂੰ ਲੱਗਦਾ ਕਿ ਆਪਾਂ ਸ਼ਾਹਰੁਖ ਖਾਨ ਦਾ ਡਾਇਲੋਗ ਡਬ ਕਰਕੇ ਤੇ ਬੋਲਤਾ ਜੋਦੇ ਗਾਣੇ ਤੇ ਥੋੜਾ ਡਾਂਸ ਕਰਕੇ ਖਾਤਾ ਤੇ ਉਹ ਸ਼ਾਰੂ ਖਾਨੀ ਹੈ ਉਹ ਕਲਾਕਾਰੀ ਨਹੀਂ ਹੈ ਥੀਏਟਰ ਤਾਂ ਖਤਮ ਹੀ ਹੋ ਗਿਆ ਥੀਏਟਰ ਤਾਂ ਖਤਮ ਹੋ ਗਿਆ ਮਰ ਗਿਆ ਥੀਏਟਰ ਕਿਉਂਕਿ ਥੀਏਟਰ ਵਿੱਚ ਜਾਨਦਾਰ ਰੁਝਾਨ ਤ ਤਾਂ ਹੋਊਗਾ ਨਾ ਜੇ ਬੱਚੇ ਨੂੰ ਲੱਗਿਆ ਵੀ ਮੈਂ ਕੁਝ ਸਿੱਖਣਾ ਜੇ ਉਹਨੂੰ ਪਹਿਲੋ ਲੱਗਦਾ ਵੀ ਮੇਰੇ ਕੋਲ ਤਾਂ ਪਹਿਲੋ ਹੀ ਲੱਖਾਂ ਦਰਸ਼ਕ ਨੇ ਮੇਰੇ ਪਹਿਲੋ ਹੀ ਸਬਸਕ੍ਰਾਈਬਰ ਨੇ ਇੰਨੇ ਤੇ ਉਹਨੂੰ ਫਿਰ ਥੀਏਟਰ ਦੀ ਤਾਂ ਉਹਨੂੰ ਜ਼ਰੂਰਤ ਹੀ ਨਹੀਂ ਮਹਿਸੂਸ ਹੋਣੀ ਤੇ ਕਿਤੇ ਨਾ ਕਿਤੇ ਐਕਟਿੰਗ ਲਾਈਨ ਚ ਅੱਗੇ ਜਾ ਕੇ ਧੋਖਾ ਖਾਂਦੇ ਨੇ हां ਕੋਈ ਵਾਰ ਸੁਣਿਆ ਕਿ ਇੱਕ ਇਨਫਲੂਐਂਸਰ ਹੈਗਾ ਜੀ ਉਹਦੇ 1 ਮਿਲੀਅਨ ਫਾਲੋਅਰ ਹੈ ਉਹਦੇ ਕੋਲ ਉਹ ਸੀਰੀਅਲ ਸ਼ੁਰੂ ਕਰਾਤਾ ਪਰ ਬਾਅਦ ਚ ਲੀਡ ਤੇ ਨਹੀਂ ਕਰ ਸਕਿਆ ਉਹ ਕਿਉਂਕਿ ਉਹ ਐਕਟਰ ਥੋੜੀ ਹੈ ਹਾਂ ਐਕਟਰ ਨਹੀਂ ਉਹ ਫਿਰ ਜਦੋਂ ਉਹਨਾਂ ਦਾ ਐਕਟਰਾਂ ਨਾਲ ਬਾਹ ਪੈਂਦਾ ਆ ਹਾਂ ਫੇ ਉਹਨਾਂ ਨੂੰ ਮਹਿਸੂਸ ਹੁੰਦਾ ਓਹੋ ਕਿੱਥੇ ਕਮੀ ਰਹਿ ਗਈ ਉਹ ਫੇ ਉਹਨਾਂ ਨੂੰ ਪਤਾ ਲੱਗਦਾ ਵੀ ਇਹਨਾਂ ਚ ਤੇ ਸਾਡੇ ਚ ਕੀ ਫਰਕ ਆ ਉੱਥੇ ਜਾ ਕੇ ਪਤਾ ਲੱਗਦਾ ਉਹਨਾਂ ਨੂੰ ਹਾਂ ਕਿੱਥੇ ਆਵਾਜ਼ ਦਾ ਬੇਸ ਕਿੱਥੇ ਪਹੁੰਚ ਜਾਂਦਾ ਜਿੰਨਾਂ ਨੇ ਥੀਏਟਰ ਕੀਤਾ ਹੋਇਆ ਜਿਹੜੇ ਇਹ ਘਰੇ ਬੈ ਕੇ ਹੌਲੀ ਹੌਲੀ ਬੋਲ ਕੇ ਤੇ ਤੁਸੀਂ ਜਿੱਥੇ ਥੀਏਟਰ ਚ ਸ਼ੁਰੂ ਕਰਾਣਾ ਰਿਹਾਸਲਾਂ ਤੋਂ ਪਈ ਤੁਸੀਂ ਆਪ ਆਪਣੀ ਆਵਾਜ਼ ਨੂੰ ਕਿਦਾਂ ਨਾ ਇੱਕ ਮੁਕਾਮ ਬਣਾਣਾ ਆਵਾਜ਼ ਦਾ ਸਟਾਈਲ ਬਣਾਣਾ ਆਵਾਜ਼ ਦਾ ਇੱਕ ਲੈਵਲ ਹੁੰਦਾ ਉਹ ਬਣਾਣਾ ਉਹ ਮਤਲਬ ਕਿ ਬੇਸਿਕ ਤੋਂ ਨਰਸਰੀ ਤੋਂ ਸ਼ੁਰੂ ਹੁੰਦੇ ਆ ਉਹ ਨਰਸਰੀਆਂ ਨਰਸਰੀਆਂ ਖਤਮ ਹੋ ਗਈਆਂ ਸਿੱਧੀਆਂ ਪੀ ਐ ਚੜੀਆਂ ਹੋਣ ਡੀਆਂ ਤੇ ਹੁਣ ਓਬਵੀਅਸੀ ਗੱਲ ਹੈ ਚਲੋ ਹੁਣ ਤੇ ਜ਼ਿਆਦਾ ਹੋ ਗਿਆ ਪਰ ਤੁਹਾਡੇ ਟੀਮ ਤੇ ਵੀ ਕਈ ਤੁਹਾਨੂੰ ਦਾ ਹੋਣਗੇ ਕਿ ਬੜੇ ਅੱਛੇ ਐਕਟਰ ਸੀਗੇ ਬਟ ਕਹਿ ਲਓ ਕਿ ਪਤਾ ਨਹੀਂ ਕਿਉਂ ਸਾਰੇ ਲੋਕ ਕਹਿੰਦੇ ਆ ਕਿ ਜੇ ਤੁਹਾਡੇ ਚ ਟੈਲੈਂਟ ਹੋਵੇ ਨਾ ਤੁਸੀਂ ਅੱਗੇ ਨਿਕਲ ਹੀ ਜਾਣਾ ਬਾਕੀ ਮੇਰਾ ਮੰਨਣਾ ਇਹ ਹੈ ਕਿ ਟੈਲੈਂਟ 30% ਆ 70% ਕਿਸਮਤ ਆ ਟੈਲੈਂਟ ਕਿੰਨਾ ਗਿਆ ਤੁਸੀਂ 30% ਟੈਲੈਂਟ 30% ਤੇ ਕਿਸਮਤ 70% ਨਹੀਂ ਨਹੀਂ ਟੈਲੈਂਟ 70% ਹੋਵੇ ਕਿਸਮਤ ਤਾਂ 30% ਹੋਵੇ। ਅਗਰ ਤੇ ਤੁਹਾਡਾ 30% ਤੁਹਾਡੇ ਕੋਲ ਨਹੀਂ ਹੈਗਾ ਨਾ ਤੇ ਉਹ 70 ਵੀ ਬੇਕਾਰ ਆ। ਹਾਂਜੀ ਉਹ ਹੁਣ ਕਿਸੇ ਨੂੰ ਚਾਂਸ ਮਿਲ ਜਵੇ ਜੀ ਉਹਨੂੰ ਖੜਾ ਕਰ ਦੇ। ਇੰਸਟਾਗ੍ਰਾਮ ਵਾਲੇ ਲਾ ਲਓ। 1 ਮਿਲੀਅਨ ਫਾਲੋਅਰ ਆ ਉਹਨਾਂ ਨੂੰ ਆਪਾਂ ਐਕਟਿੰਗ ਨਹੀਂ ਹੈਗੀ ਉਹਨਾਂ ਨੂੰ ਪਰ ਲੱਗਦਾ ਓਵਰ ਕੌਨਫੀਡੈਂਸ ਕਿ ਮੈਂ ਤੇ ਕਰ ਹੀ ਲੈਣਾ ਮੈਂ ਕਿੱਡੀ ਕੀ ਗੱਲ ਆ। ਉਹ ਪਤਾ ਲੱਗਦਾ ਜਦੋਂ ਸਕ੍ਰਿਪਟਾਂ ਹੀ ਹਾਰ ਕਰਨੀਆਂ ਬੰਦੀਆਂ ਦੇ ਬੋਲਿਆ ਨਹੀਂ ਜਾਂਦਾ ਉਹ ਅਲੱਗ ਗੱਲ ਆ। ਜਦੋਂ ਦੂਜੇ ਆਰਟਿਸਟ ਦੇ ਸਾਹਮਣੇ ਬੜੇ ਤੁਰੰਤ ਰਾਸ਼ਟ੍ਰੇ ਸਾਹਮਣੇ ਖੜੇ ਹੁੰਦੇ ਆ ਫੇ ਮੈਂ ਫੰਬਲ ਮਾਰਦੇ ਦੇਖੇ ਆ ਫੰਬਲ ਵੀ ਐਸੇ ਵੀ ਜਿਹੜੇ ਰੀਟੇਕ ਦਾ ਮਤਲਬ ਕੀ ਪਹਾੜ ਖੜਾ ਕਰ ਦਿੰਦੇ ਕਿੰਨੇ 200 ਰੀਟੇਕ ਹੋ ਚੁੱਕੇ ਨੇ ਸਵੇਰ ਦੇ ਨਾ ਕੋਈ ਇੱਕ ਟੇਕ ਨਹੀਂ ਹੋ ਰਿਹਾ ਆਓ ਤੰਗ ਤੇ ਦੂਸਰੇ ਆਰਟਿਸਟ ਹੁੰਦੇ ਆ ਨਾ ਜੁੜੋਂ ਨਾਲ ਕਰਕੇ ਤੇ ਆਪਾਂ ਚਲੋ ਇਹ ਗੱਲਾਂ ਤੇ ਕਰੀ ਜਾਣੀਆਂ ਆਪਾਂ ਸਭ ਨੂੰ ਵਧੀਆ ਵਧੀਆ ਗੱਲਾਂ ਵੀ ਸੁਣਾਣੀਆਂ ਐ ਹਾਸੇ ਵਾਲੀਆਂ ਵੀ ਸੁਣਾਣੀਆਂ ਐ ਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਤੁਹਾਡੀ ਰੀਅਲ ਲਾਈਫ ਚ ਐਸੀ ਕੋਈ ਘਟਨਾ ਜਿਹਨੂੰ ਤੁਸੀਂ ਕਦੀ ਭੁੱਲ ਨਾ ਸਕੋ ਐਨੀ ਕੋਈ ਫਨੀ ਜਾਂ ਸ਼ੂਟ ਤੇ ਹੋਈ ਹੋਵੇ ਮੂਵੀ ਸ਼ੂਟ ਤੇ ਹੋਈ ਹੋਵੇ ਲਾਈਵ ਸ਼ੋਅ ਤੇ ਹੋਈ ਹੋਵੇ ਸਟੇਜਾਂ ਤੇ ਤਾਂ ਆਮ ਚਲਦੀਆਂ ਰਹਿੰਦੀਆਂ ਇੰਦਾਂ ਦੀਆਂ ਗੱਲਾਂ ਔਰ ਉਹ ਬੇਲੇ ਫਿਰ ਜਦੋਂ ਸੰਭਾਲ ਕੇ ਗੱਲ ਕਰਨੀ ਫੇਰ ਕੌਨਫੀਡੈਂਸ ਬਣਦਾ ਵੀ ਅਚਾ ਮੈਂ ਇਹਨੂੰ ਵੀ ਟੈਕਲ ਕਰ ਲਿਆ ਤੇ ਹੁਣ ਮੈਂ ਠੀਕ ਆ ਸਾਡੇ ਗੁਰੂ ਜੀ ਹੈਗੇ ਨੇ ਉਹ ਕਹਿੰਦੇ ਹੁੰਦੇ ਵੀ ਜਿਹੜੇ ਬੰਦੇ ਨੇ ਕਮੇਡੀਅਨ ਬਣਨਾ ਉਹ ਵਿਆਹ ਸ਼ਾਦੀਆਂ ਦੀ ਸਟੇਜਾਂ ਤੇ ਜਿੱਥੇ ਵਿਆਹ ਸ਼ਾਦੀਆਂ ਹੁੰਦੇ ਨਾ ਸਿੰਗਰ ਆ ਜਾਂਦਾ ਉਸ ਸਟੇਜ ਤੇ ਜਦੋਂ ਕੋਈ ਕਮੇਡੀ ਕਰਦਾ ਨਾ ਤੇ ਉਹ ਫੇ ਕਮੇਡੀਅਨ ਬਣ ਸਕਦਾ ਕਿਉਂਕਿ ਉੱਥੇ ਕਿਸੇ ਦਾ ਸੁਣਨ ਦਾ ਮੂਡ ਨਹੀਂ ਹੁੰਦਾ ਤੇ ਉੱਥੇ ਤੁਸੀਂ ਕਮੇਡੀ ਸੁਣਾਣੀ ਆ ਤੇ ਫੇ ਉਹ ਫੇ ਕਮੇਡੀਅਨ ਬਣਦਾ ਅੱਜ ਕੱਲ ਤਾਂ ਤੁਸੀਂ ਦੇਖੋ ਇੰਸਟਾਗ੍ਰam ਉਸ ਤੋਂ ਬਾਅਦ ਜਿਹੜੇ ਸ਼ੋਜ਼ ਵੀ ਆਏ ਹੋਏ ਨੇ ਮੇਰੇ ਖਾਲ ਵੱਡੇ ਵੱਡੇ ਸਟਾਰ ਉਹਨਾਂ ਨੇ ਵੀ ਕਾਮੇਡੀ ਲਾਈਵ ਕੀਤੀ ਨਹੀਂ ਹੁੰਦੀ ਉਹਨਾਂ ਨੂੰ ਬੈਠੀ ਆਡੀਅੰਸ ਮਿਲ ਗਈ ਮੜ ਗਈ ਪੱਕੀ ਆਡੀਅੰਸ ਮੋਰੇ ਬੈਠੀ ਹੋਇਆ ਜਿਹੜੇ ਮਤਲਬ ਜਿਹਨਾਂ ਨੂੰ ਪੇਮੈਂਟ ਮਿਲਣੀ ਆ ਗੱਲ ਕਰਨੀ ਆ ਹਾਂ ਸੁਣਨ ਦੇ ਮੂਡ 'ਚ ਆਏ ਹਾਂ ਉਹ ਉਹਨਾਂ ਨੇ ਸੁਣਨ ਦੇ ਜਾਂ ਫੇ ਉਹਨਾਂ ਨੂੰ ਸੁਣ ਪੇੜ ਆਡੀਅেন্স ਨੂੰ ਕਹਿੰਦੇ ਤੇ ਉਹ ਬੈਠੇ ਆ ਤੇ ਸਾਡੇ ਸਾਹਮਣੇ ਇਦਾਂ ਤੇ ਬੈਠੇ ਹੁੰਦੇ ਇੱਕ ਵਾਰੀ ਮੈਂ ਇਦਾਂ ਹੀ ਬਹੁਤ ਵੱਡੇ ਸਾਡੇ ਸਿੰਗਰ ਮੈਂ ਉਹਨਾਂ ਨਾਲ ਐਜ਼ ਐਂਕਰ ਗਿਆ ਹੋਇਆ ਤੇ ਹੁਣ ਉਹਨਾਂ ਦਾ ਮੁਕਾਮ ਬਹੁਤ ਵੱਡਾ ਸਿੰਗਰ ਦਾ ਬਹੁਤ ਵੱਡਾ ਨਾਮ ਤੇ ਸਾਡਾ ਚਲੋ ਇਹਨਾਂ ਨੇ ਹੁਣ ਲੋਕੀ ਉਹਨਾਂ ਨੂੰ ਸੁਣ ਰਹੇ ਉਹਨਾਂ ਨੂੰ ਡੇਢ ਘੰਟਾ ਸੁਣਿਆ ਤੇ ਉਹਨਾਂ ਨੇ ਵਿੱਚ ਬ੍ਰੇਕ ਲੈਣੀ ਸੀ ਤੇ ਮੈਂ ਵਿੱਚ ਕਮੇਡੀ ਕਰਨੀ ਸੀ ਮੈਂ ਅਜੇ ਮਾਈਕ ਫੜਿਆ ਹੀ ਆ ਤੇ ਬੰਦਾ ਮੈਨੂੰ ਇਹਦਾ ਥੱਲੇ ਆ ਮੈਂ ਐਦਾ ਹੋ ਗਿਆ ਬਕਵਾਸ ਬੰਦ ਕਰ ਕਹਿੰਦਾ ਸਿੰਗਰ ਨੂੰ ਲਾ ਉਹ ਉਹ ਗੱਲ ਲੋਕਾਂ ਨੇ ਤਾਂ ਸੁਣੀ ਨਹੀਂ ਮੈਂ ਸੁਣੀ ਮੈਂ ਹਾਂਜੀ ਹਾਂਜੀ ਆ ਜਿਹੜੀ ਤੁਸੀਂ ਫਰਮਾਇਸ਼ ਕਰਕੇ ਗਏ ਆ ਮੈਂ ਤੁਹਾਨੂੰ ਇਹ ਵੀ ਗੱਲ ਜ਼ਰੂਰ ਸੁਣਾਉਂਗਾ ਤੇ ਲਓ ਇਸ ਤੋਂ ਪਹਿਲਾਂ ਮੇਰੀ ਇੱਕ ਆਈਟਮ ਉਹ ਬੰਦਾ ਮੇਰੇ ਨਾਲ ਘੂਰ ਕੇ ਦੇਖਣ ਡਿਆ ਤੈਨੂੰ ਮੈਂ ਫਰਮਾਇਸ਼ ਕਰਕੇ ਗਿਆ ਤਿੰਨ ਤੇ ਮੈਂ ਕਹਿ ਕੇ ਬੰਦ ਕਰ ਮਤਲਬ ਉੱਥੇ ਇਹਨਾਂ ਚੀਜ਼ਾਂ ਟੈਕਲ ਕਰਕੇ ਇਸ ਤਰ੍ਹਾਂ ਦੇ ਤੇ ਕਈ ਹੋਰ ਇਸ ਤੋਂ ਵੀ ਅੱਗੇ ਨਿਕਲ ਜਾਂਦੇ ਸਾਡਾ ਪ੍ਰੋਗਰਾਮ ਹੈਗਾ ਇਧਰ ਪਟਿਆਲੇ ਇਹਦੇ ਸਿੰਗਰ ਗਾ ਰਿਹਾ ਤੇ ਪਿੱਛੋਂ ਉਹ ਨਾ ਇੱਕ ਬਾਬਾ ਜੀ ਮਤਲਬ ਕਿ ਆ ਬਜ਼ੁਰਗ ਬਾਬਾ ਜੀ ਮਤਲਬ ਕਿ ਉੱਤ ਪਿੱਛੋਂ ਰੌਲਾ ਪਾਉਂਦੇ ਆ ਰਹੇ ਓਏ ਬੰਦ ਕਰੋ ਬੰਦ ਕਰੋ ਇੱਦਾਂ ਸਾਨੂੰ ਹੱਥੇ ਹਿਲਦੇ ਦਿਖ ਰਹੇ ਬੰਦ ਕਰੋ ਬੰਦ ਕਰੋ ਪ੍ਰੋਗਰਾਮ ਸਿੰਗਰ ਕਹਿੰਦਾ ਕੀ ਹੋਇਆ ਮੈਂ ਕਹਿੰਦਾ ਪਤਾ ਨਹੀਂ ਬਾਬਾ ਜੀ ਉਧਰ ਆ ਰਹੇ ਕਹਿੰਦੇ ਥੋੜਾ ਸਲੋ ਕਰ ਲੋ ਥੋੜਾ ਸਲੋ ਬਿਲਕੁਲ ਬੰਦ ਕਰੋ ਟੋਟਲੀ ਉਹ 2-250 ਬੰਦਾ ਨੱਚਦਾ ਪਿਆ 2-250 ਬੰਦਾ ਬੈਠਾ ਇੰਜੋਏ ਕਰ ਰਿਹਾ ਤੇ ਬਾਬਾ ਜੀ ਵਿੱਚ ਆ ਕੇ ਡਾਂਸਿੰਗ ਫਲੋਰ ਤੇ ਬੰਦ ਕਰ ਜੋ ਬੰਦ ਕਰੋ ਅਸੀਂ ਬੰਦ ਕੀਤਾ ਪ੍ਰੋਗਰਾਮ ਹਾਂਜੀ ਬਾਬਾ ਜੀ ਕੀ ਗੱਲ ਮੁੰਡੇ ਦਾ ਕੈਨੇਡਾ ਤੋਂ ਫੋਨ ਆਇਆ ਹਾਂ ਉਹ ਬਾਬਾ ਬਾਹਰ ਜਾ ਕੇ ਸੁਣ ਲੈ 250 ਬੰਦਾ ਨਚਣ ਡਿਆ ਤੂੰ ਫੋਨ ਸੁਣ ਨਾ ਬਾਹਰ ਜਾ ਕੇ ਸੁਣ ਲੈ ਇਦਾਂ ਦੇ ਬਹੁਤ ਅਣਗਿਣਤੀ ਮੈਨੂੰ ਕੋਮੇਡੀ ਨਿਕਲਦੀ ਵੀ ਹੈ ਨਾ ਜੁਈਆਂ ਜਿਹੜੀ ਨਹੀਂ ਸੱਚੀ ਹੋਇਆ ਬਾਬਾ ਜੀ ਬੰਦ ਕਰ ਦਿਓ ਬੰਦ ਕਰ ਦਿਓ ਕੀ ਕਨੇਡਾ ਦਾ ਫੋਨ ਆ ਗਿਆ ਮੁੰਡੇ ਦਾ ਉਹ ਬਹੁਤ ਸੁਣਨਾ ਜ਼ਰੂਰੀ ਡਾਂਸਿੰਗ ਫਲੋਰ ਤੇ ਸੁਣਨਾ ਬਾਹਰ ਜਾ ਕੇ ਸੁਣ ਲੈ ਬਾਦੂ ਤੇ ਡਿਪਟੀ ਜੀ ਜਿਵੇਂ ਅ ਇਥੇ ਤੁਸੀਂ ਕੰਮ ਕੀਤਾ ਪੰਜਾਬ 'ਚ 30 ਸਾਲ ਤੋਂ ਉੱਤੇ ਹੋ ਗਿਆ ਤਿੰਨ ਡੈਕੇਡ ਮਤਲਬ ਮਾਇਨੇ ਰੱਖਦੇ ਆ ਜੀ ਉਹ ਇਹ ਵੀ ਇਹ ਵੀ ਇੱਕ 30 ਸਾਲ ਜਿੱਦਾਂ ਤੁਸੀਂ ਕਹੇ ਨਾ ਤਾਂ ਸਾਨੂੰ ਲੱਗਣਿਆਂ ਦਾ ਪਿਆ ਸੀ ਅਜਤੀਆਂ ਸਾਲਾਂ ਦੇ ਆ ਤੇ ਇੱਕ ਨਾ ਇਧਰ ਮੇਰਾ ਤਰਨ ਤਨ ਸਾਣੀ ਸਾਡੇ ਤਰਨ ਤਰਨ ਇਧਰ ਬਹੁਤ ਪ੍ਰੋਗਰਾਮ ਹੁੰਦੇ ਆ ਤੇ ਪ੍ਰੋਗਰਾਮ ਤੇ ਅਸੀਂ ਗਏ ਤੇ ਇੱਕ ਅ ਰਿਟਾਇਰ ਫੌਜੀ ਆ ਰਿਟਾਇਰਡ ਫੌਜੀ ਮੈਨੂੰ ਕਹਿੰਦਾ ਭਾਜੀ ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਤੁਹਾਨੂੰ ਦੇਖਦੇ ਆ ਤੇ ਮੈਂ ਕਹ ਤੁਸੀਂ ਕਹਿੰਦਾ ਮੈਂ ਫੌਜ ਚੋਂ ਰਿਟਾਇਰ ਮੈਂ ਕਹ ਤੁਸੀਂ ਫੌਜ ਚੋਂ ਰਿਟਾਇਰ ਹੋ ਕੇ ਆ ਗਏ ਤੇ ਸਾਨੂੰ ਛੋਟੇ ਛੋਟੇ ਹੁੰਦੇ ਸੀ ਜਦੋਂ ਤੁਸੀਂ ਦੇਖਦੇ ਕਹਿੰਦਾ ਹਾਂ ਜੀ ਮੈਂ ਫੇਰ ਸੋਚਿਆ ਮੈਂ ਕਹ ਦਰਸਲ 18 ਸਾਲਾਂ ਦਾ ਭਰਤੀ ਹੋਇਆ ਹੋਣਾ 18 ਸਾਲ ਨੌਕਰੀ ਕਰਕੇ 36 ਸਾਲਾਂ ਦਾ ਵਾਪਸ ਰਿਟਾਇਰ ਹੋ ਕੇ ਆ ਗਿਆ ਤੇ ਵਾਕਈ ਵਿਚਾਰਾ ਛੋਟਾ ਹੀ ਹੁੰਦਾ ਹੋਣਾ ਤੇ ਹੁਣ ਅਸੀਂ ਆਮ ਜਦੋਂ ਸਾਨੂੰ ਕੋਈ ਕਹਿੰਦਾ ਨਾ ਬੁੜੇ ਬਜ਼ੁਰਗ ਬਜ਼ੁਰਗ ਬੰਦੇ ਸਾਨੂੰ ਲੱਗਦੇ ਹੁੰਦੇ ਨੇ ਮਤਲਬ ਕਿ ਉਹਨਾਂ ਦੇ ਐ ਲੱਗਦਾ ਹੁੰਦਾ ਵੀ ਬਜ਼ੁਰਗਾਂ ਸਾਨੂੰ ਕਹਿਣ ਦਿੰਦੇ ਆ ਆਮ ਹੋ ਜਾਂਦਾ ਹੈ ਭਾਜੀ ਛੋਟੇ ਛੋਟੇ ਹੁੰਦੇ ਜਦੋਂ ਤੁਹਾਨੂੰ ਦੇਖਦੇ ਸੀ ਤੇ ਹੁਣ ਅਸੀਂ ਇਹਦਾ ਜਵਾਬ ਲੱਭਿਆ ਜੀ ਕਿ ਅਸੀਂ ਵੀ ਉਦੋਂ ਛੋਟੇ ਹੀ ਹੁੰਦੇ ਸੀਗੇ ਅਸੀਂ ਵੀ ਉਦੋਂ ਛੋਟੇ ਹੁੰਦੇ ਸੀ ਭਾਜੀ ਜਿਉ ਤੁਸੀਂ ਦੇਖਿਆ ਸੀਗਾ ਸਹੀ ਹੈ ਤੇ ਹੁਣ ਆਪਾਂ ਜਿਵੇਂ ਗੱਲ ਕਰ ਰਹੇ ਸੀਗੇ ਇਹਦੀ ਇੰਸਟਾਗ੍ਰam ਦੀ ਤੇ ਇੱਕ ਹੋਰ بڑا ਪੁਆਇੰਟ ਅੱਜਕੱਲ ਆਂਦਾ ਹੈ ਕਿ ਜਿਹੜੇ ਜਿੰਨਾਂ ਦੇ ਥੋੜੀ ਫਾਲੋਅਰ ਵੱਧ ਜਾਂਦੇ ਆ ਨਾ ਉਹ ਆਪਣੇ ਜਿਹੜੀ ਆਈਡੀ ਹੈ ਜਿਹੜੀ ਆਪਣੇ ਬਾਰੇ ਤੁਸੀਂ ਲਿਖਣਾ ਹੁੰਦਾ ਮੈਨੂੰ ਵਰਡ ਯਾਦ ਨਹੀਂ ਆ ਰਿਹਾ ਉਹ ਆਪਣੇ ਕੰਮ ਨੂੰ ਐਜ਼ ਐ ਲਿਖਦੇ ਆ ਇਨਫਲੂਐਂਸਰ ਅੱਛਾ ਉਹ ਕੀ ਹੁੰਦਾ ਮੈਨੂੰ ਨਹੀਂ ਪਤਾ ਇਨਫਲੂਐਂਸਰ ਮਤਲਬ ਕਿ ਜੋ ਮੈਂ ਕਰਾਂਗਾ ਜਾਂ ਜੋ ਮੈਂ ਕਹਾਂਗਾ ਲੋਕਾਂ ਨੂੰ ਉਹ ਮੇਰੇ ਤੋਂ ਇਨਫਲੂਐਂਸ ਹੋ ਕੇ ਉਹ ਕਰਨ ਜਿਵੇਂ ਮੈਂ ਮੈਂ ਵੀ ਇਨਫਲੂਐਂਸਰ ਹਾਂ ਜੀ ਤੇ ਮੈਂ ਕਹਿੰਦਾ ਕਿ ਇਹ ਰੈਡ ਬੁੱਲ ਤੋਂ ਵਧੀਆ ਉਹ ਐਨਰਜੀ ਡਰਿੰਕ ਹੈ ਰੈਡ ਬੁੱਲ ਨਾ ਪੀਓ ਇਹਨੂੰ ਪੀਓ ਅੱਛਾ ਪਹਿਲਾਂ ਕਹਿੰਦੇ ਸੀ ਕਿ ਐਡ ਕਰਤੀ ਅੱਜ ਕੱਲ੍ਹ ਕਹਿੰਦੇ ਆਪਾਂ ਇਨਫਲੂਐਂਸ ਕਰਤਾ ਤੇ ਤੁਹਾਨੂੰ ਲੱਗਦਾ ਜਿਹੜੇ ਇਹ 11ਵੀਂ ਦੇ ਬੱਚੇ ਚਾਰ ਸਬਜੈਕਟਾਂ ਫੇਲ ਹੋਣ ਤੋਂ ਬਾਅਦ ਇੰਸਟਾਗ੍ਰam ਤੇ 100 ਕੇ ਫਾਲੋਅਰ ਬਣਾ ਕੇ ਤੇ ਕਿਸੇ ਚੀਜ਼ ਲਈ ਇਨਫਲੂਐਂਸ ਕਰ ਰਹੇ ਆ ਇਹ ਸਹੀ ਹੈ ਕਿ ਗਲਤ ਹੈ ਇਹ ਦੇਖੋ ਅੱਜ ਕੱਲ੍ਹ ਉਹੀ ਗੱਲ ਵੀ ਐਡਵਰਟਾਈਜ਼ਮੈਂਟ ਦਾ ਜਵਾਨਾ ਉਹ ਜਿਹੜੇ ਉਹਨਾਂ ਨੂੰ ਕਹਿ ਰਹੇ ਆ ਪੇਸ ਪ੍ਰੋਡਕਟ ਦੀ ਐਡ ਕਰੋ ਉਹਨਾਂ ਨੂੰ ਲੱਗਦਾ ਵੀ ਇਹ ਸਟਾਰ ਆ ਹਨਾ ਉਹਨਾਂ ਨੂੰ ਲੱਗਦਾ ਵੀ ਇਹ ਸਟਾਰ ਆ ਤੇ ਉਹ ਉਹਨਾਂ ਕੋਲ ਕਰਵਾ ਰਹੇ ਆ ਤੇ ਬਾਕੀ ਇਹ ਵੀ ਇੰਸਟਾਗ੍ਰam ਤੇ ਜਾਂ ਕੋਈ ਸੋਸ਼ਲ ਮੀਡੀਆ ਤੇ ਇਹ ਬਹੁਤ ਦੇਖਿਆ ਗਿਆ ਵੀ ਇੱਕ ਤੁਹਾਡੇ ਪਰਟੀਕਲ ਜਿਹੜੇ ਆਡੀਅנס ਹੈਗੀ ਆ ਉਹ ਤੁਹਾਨੂੰ ਦੇਖਦੀ ਆ ਤੁਹਾਡੇ 1 ਮਿਲੀਅਨ ਸਬਸਕ੍ਰਾਈਬਰ ਹੈਗੇ ਆ ਤੁਹਾਡੇ 10 20000 30000 40000 1 ਲੱਖ ਤੁਹਾਨੂੰ ਵਿਊ ਹੋ ਜਾਂਦੇ ਨੇ ਉਸੇ ਬੰਦੇ ਦੀ ਦੂਜੇ ਅਕਾਊਂਟ ਤੇ ਮਤਲਬ ਕਿ ਪਾਓ ਉਹਦੀ ਸਕਿੱਟ ਤੇ ਉੱਥੇ 10 20 50 ਵੀਊ ਹੁੰਦੇ ਆ ਇਹ ਵੀ ਤੁਸੀਂ ਆਮ ਦੇਖ ਲਿਓ ਮਤਲਬ ਕਿ ਕੋਈ ਇਹ ਬਸ ਇੱਕ ਉਹ ਜਿੱਦਾਂ ਛਲਾਵਾ ਜਿਹਾ ਚੱਲਿਆ ਹੋਇਆ ਵੀ ਇੱਧਰ ਬਸ ਉਹ ਚੱਲੀ ਆ ਵੀ ਪੱਕੇ ਆਡੀਅנס ਨਹੀਂ ਹੈਗੀ ਵੀ ਤੁਹਾਡੀ ਪੱਕੀ ਆਡੀਅנס ਆ ਵੀ ਸਾਰੀ ਦੁਨੀਆ ਤੁਹਾਨੂੰ ਜਾਣਦੀ ਹੈ ਜਿੱਦਾਂ ਉਹਨੂੰ ਦੂਰਸ਼ਨ ਹੁੰਦਾ ਸੀ ਦੂਰਸ਼ਨ ਜਲੰਧਰ ਹੈ ਨਾ ਲੋਕੀ ਆਮ ਕਹਿੰਦੇ ਸਾਡੇ ਜੀ 10 ਲੱਖ ਵੀਊ ਹੋ ਗਏ ਸਕਿੱਟ ਦੇ 20 ਲੱਖ ਹੋ ਗਏ ਮੈਂ ਕਹਾਂ ਸਾਡੀ ਇੱਕ ਸਕਿੱਟ ਚੱਲਦੀ ਸੀ ਤੇ 3 ਕਰੋੜ ਵੀਊ ਰਾਤੋਂ ਰਾਤ ਹੋ ਜਾਂਦਾ ਸੀ ਮਤਲਬ ਪੂਰੇ ਪੰਜਾਬ ਨੇ ਦੇਖ ਲਈ ਹਾਂਜੀ ਹਾਂਜੀ ਪੂਰੇ ਪੰਜਾਬ ਨੇ ਦੇਖ ਲਈ ਤੇ ਪੂਰੇ ਪੰਜਾਬ ਚ ਜਾਨਣ ਵਾਲੇ ਹਜੇ ਵੀ ਮੈਨੂੰ ਲੱਗਦਾ ਇਹ ਜਿਹੜੇ ਸੋਸ਼ਲ ਮੀਡੀਆ ਵਾਲੇ ਨਹੀਂ ਹੋਣੇ ਉਹਨੂੰ ਲੈ ਕੇ ਜਾ ਤਾਂ ਤੂੰ ਮਤਲਬ ਕਿ ਮਾਲਵੇ ਚ ਜਾ ਉੱਥੇ ਤੈਨੂੰ ਜਾਣਦਾ ਹੋਗਾ ਮਾਝੇ ਚ ਜਾ ਉੱਥੇ ਜਾਣਦਾ ਦੁਆਬੇ ਜਾਣਦਾ ਮਤਲਬ ਆਪਣੇ ਆਪਣੇ ਬਸ ਏਰੀਆ ਹੈਗਾ ਉੱਥੇ ਕੋਹਨਾਂ ਨੂੰ ਜਾਣਦੇ ਲੋਕ ਆ ਕਿਉਂਕਿ ਪਿੱਛੇ ਆਪਾਂ ਕਰਕੇ ਆਏ ਇੱਥੇ ਸੀਰੀਅਲ ਉਹਦਾ ਜਿਹੜਾ ਮੇਨ ਲੀਡ ਤੇ ਸੀਗਾ ਉਹਦੇ ਆਈ ਥਿੰਕ 1-2 ਮਿਲੀਅਨ ਸਬਸਕ੍ਰਾਈਬਰ ਸੀਗੇ ਬਟ ਮੈਂ ਉਹਨੂੰ ਕਦੀ ਪਹਿਲਾਂ ਦੇਖਿਆ ਨਹੀਂ ਆਈ ਥਿੰਕ ਤੁਸੀਂ ਵੀ ਨਹੀਂ ਦੇਖਿਆ ਅ ਅਸਹੀ ਹਾਂ ਸਾਡੀ ਇੱਕ ਸਕਿੱਟ ਰੀਸੈਂਟਲੀ ਆਪਾਂ ਇਕੱਠੇ ਸੀਗੇ ਤੇ ਕਿੰਨੇ ਵਿਊ ਗਏ ਉਹਦੇ 2 ਕਰੋੜ 10 ਕਰੋੜ ਤੱਕ ਗਏ ਜਿਹੜੇ ਉਹ ਬਸ ਵਾਲੀ ਬਸ ਵਾਲੀ ਹਾਂ ਤੇ ਉਹ ਉਹਦੇ ਨਾਲ ਇਹ ਥੋੜੀ ਹੈ ਕਿ ਸਾਨੂੰ ਸਿਰਫ ਕੁਝ ਲੋਕਾਂ ਨੇ ਦੇਖਿਆ ਉਹ ਸਾਰਿਆਂ ਨੇ ਦੇਖਿਆ ਹਾਂ 10 ਕਰੋੜ ਬਤੀ ਚਲੋ 3 ਕਰੋੜ 4 ਕਰੋੜ ਲਾ ਲਓ ਪੂਰੇ ਪੰਜਾਬ ਨੇ 5 ਕਰੋੜ ਵੀ ਲਾ ਗਏ 3 ਕਰੋੜ ਲਾ ਕੇ ਚਲੋ ਤਾਂ ਪੰਜਾਬ ਪੂਰਾ ਆ ਗਿਆ ਹਾਂ ਪੂਰੇ ਪੰਜਾਬ ਨੇ ਦੇਖਿਆ ਤੇ ਉਹ ਉਹ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਹਾਂ ਜੀ ਕੋਈ ਸਬਸਕ੍ਰਾਈਬਰ ਨਹੀਂ ਸੀ ਕੋਈ ਕੁਝ ਨਹੀਂ ਸੀ ਕੋਈ ਬੂਸਟ ਨਹੀਂ ਹੋਈ ਨੈਚੁਰਲ ਵੀਡੀਓ ਚੱਲੀ ਤੇ ਉਹਦੇ ਕਰੋਨਾ ਚ ਵਿਊ ਹੋ ਗਏ ਚਲੋ ਕਿਤੇ ਨਾ ਕਿਤੇ ਸਮਝ ਨਹੀਂ ਆਉਂਦਾ ਕਿ ਕਿਸ ਵੇਨੋਂ ਕਲਿੱਕ ਕਰਦੇ ਆ ਕਿਉਂਕਿ ਬੜੇ ਵੱਡੇ ਵੱਡੇ ਸੁਪਰਸਟਾਰ ਸੋਸ਼ਲ ਮੀਡੀਆ ਦੇ ਆ ਕੇ ਨਹੀਂ ਚੱਲੇ ਠੀਕ ਹੈ ਪਰ ਇੱਕ ਗਾਰੰਟੀ ਹੈ ਕਿ 99% ਜਿਹੜੇ ਇੰਸਟਾਗ੍ਰam ਤੇ ਆ ਫੇਸਬੁਕ ਤੇ ਜਾਂ YouTube ਤੇ ਚੱਲੇ ਹੋਏ ਆ 99.9% ਚਾਂਸ ਹੈ ਕਿ ਉਹ ਮੇਨਸਟ੍ਰੀਮ 'ਚ ਨਹੀਂ ਚੱਲ ਸਕਦੇ ਠੀਕ ਹੈ ਤੇ ਹੁਣ ਤੁਹਾਡੇ ਅਕੋਰਡਿੰਗ ਦੀ ਤੁਹਾਡਾ ਕੀ ਵਿਊ ਪੁਆਇੰਟ ਹੈ ਕਿ ਅੱਗੇ ਹੁੰਦਾ ਸੀਗਾ ਕਿ ਸਿਰਫ ਫਿਲਮਾਂ 'ਚ ਆ ਜਾਓ ਉਂ ਤਾਂ ਤੁਸੀਂ ਬਹੁਤ ਸ਼ੁਕਰ ਹੋਗੇ ਅੱਜ ਕੱਲ ਉਹਦਾ ਤੇ ਨਹੀਂ ਰਿਹਾ ਤੇ ਇੱਕ ਸਟਾਰਟ ਕਰਨ ਲਈ ਅੱਜ ਕੱਲ ਦੇ ਬੱਚਿਆਂ ਨੂੰ ਕੀ ਗਾਈਡ ਕਰੋਗੇ ਕਿ ਕਿੱਦਾਂ ਸਟਾਰਟ ਕਰਨ ਜੇ ਉਹ ਇਸ ਲਾਈਨ 'ਚ ਆਣਾ ਚਾਹੁੰਦੇ ਹਾਂ ਤੇ ਐਕਟਿੰਗ ਲਾਈਨ ਵਿੱਚ ਜਾਣਾ ਚਾਹੁੰਦੇ ਹਨ ਐਕਟਿੰਗ ਲਾਈਨ ਚ ਤਾਂ ਦੇਖੋ ਮੈਂ ਉਹੀ ਰეკਮੈਂਡ ਕਰੂੰਗਾ ਵੀ ਤੁਸੀਂ ਕੋਈ ਮੈਂ ਤੇ ਨਰਸਰੀ ਤੋਂ ਸ਼ੁਰੂ ਕਰੋ ਜੇ ਤੁਹਾਡੇ ਇਲਾਕੇ ਚ ਕੋਈ ਥੀਏਟਰ ਹੈਗਾ ਉੱਥੇ ਕਰਨਾ ਸ਼ੁਰੂ ਕਰੋ ਕੋਈ ਅੱਛਾ ਐਕਟਿੰਗ ਸਕੂਲ ਹੈਗਾ ਉਹਦੇ ਵਿੱਚ ਤੁਸੀਂ ਐਡਮਿਸ਼ਨ ਲਾਓ ਤੇ ਐਕਟਿੰਗ ਦੀਆਂ ਬਰੀਕੀਆਂ ਜੇ ਉਹ ਸਿੱਖਣ ਦੀ ਕੋਸ਼ਿਸ਼ ਕਰੋ ਜੇ ਸਿੱਧਾ ਹੀ ਤੁਸੀਂ ਸਕਿੱਟ ਪਾਈ ਇੰਸਟਾਗ੍ਰam ਤੇ ਰੀਲ ਪਾਈ ਉਹ ਵਾਇਰਲ ਹੋ ਗਈ ਤੇ ਤੁਹਾਡਾ ਦਿਮਾਗ ਖਰਾਬ ਹੋ ਗਿਆ ਤੇ ਉਹ ਫੇ ਕਲਾਕਾਰ ਨਹੀਂ ਬਣ ਸਕਦਾ ਉਹ ਦਿਮਾਗ ਖਰਾਬ ਹੀ ਰਹਿਣਾ ਹਾਂਜੀ ਹਾਂਜੀ ਹਨਾ ਇਹ ਜਰੂਰ ਟ੍ਰੇਨਿੰਗ ਲੈਣੀ ਪੈਣੀ ਅਗਰ ਆਰਟਿਸਟ ਬੰਨਾ ਅਗਰ ਹੀ ਕੋ ਬੰਨਾ ਬੇਬਸ ਦਿਮਾਗ ਖਰਾਬ ਹੋ ਗਿਆ ਜੀ ਮੇਰਾ ਉਹ ਰੀਲ ਹੋ ਗਈ ਮੇਰੀ ਵਾਇਰਲ ਹੋ ਗਈ ਜੇ ਉਹ ਉਹ ਫੈਕਟਰ ਨਹੀਂ ਉਹ ਬਸ ਉੱਥੇ ਕਿ ਜੋਗੇ ਰਹਿ ਜਾਣਾ ਇੰਨੇ ਇੰਨੇ ਕੈਮਰੇ ਜਿਹੜਾ ਉਹ ਮੋਬਾਈਲ ਹੈਗਾ ਉਹ ਉਸੇ ਜੋਗਾ ਰਹਿ ਜਾਣਾ ਉਹਨੇ हां ਜਿਵੇਂ ਪੁਰਾਣੇ ਟਾਈਮਸ ਹੁੰਦਾ ਸੀਗਾ ਸੋਨੀ ਦਾ ਮਤਲਬ ਮੇਰੇ ਛੋਟੇ ਹੁੰਦੇ ਤੋਂ ਪਹਿਲਾਂ ਕਿ ਜਿਹੜੇ ਐਕਟਰ ਦੀ ਆ ਜਿਹੜੇ ਐਕਟ्रेस ਦੀ ਇੱਕ ਫਿਲਮ ਫਲॉप ਹੋ ਜਾਂਦੀ ਸੀ ਉਹ ਸ਼ਰਾਬ ਤੇ ਜਾ ਲੱਗੇ ਜਾਂਦੇ ਸੀ ਕਿਉਂਕਿ ਉਹ ਫਿਲਮਾਂ ਘੱਟ ਬਣਦੀਆਂ ਸੀ ਕੰਮ ਹੁੰਦਾ ਨਹੀਂ ਸੀ ਉਹ ਡਿਪਰੈਸ਼ਨ 'ਚ ਚੱਲ ਜਾਂਦੇ ਸੀ ਫਿਲਮ ਲੈਣ ਚ ਆਮ ਐਕਸਪ੍ਰੈਸ਼ਨ ਜਦੋਂ ਹੁੰਦੇ ਨਾ ਉਹ ਮਤਲਬ ਜਦੋਂ ਤੁਸੀਂ ਵੀ ਦੇਖਦੇ ਕੈਮਰੇ 'ਚ ਆਪਾਂ ਇੱਕ ਫਿਲਮ ਸ਼ੂਟ ਕਰ ਲਈ ਤੇ ਉਹ ਬਾਅਦ ਚ ਕਹਿੰਦੇ ਕਹਿੰਦੇ ਰਿਐਕਸ਼ਨ ਦੇ ਦਿਓ ਜੀ ਹੂੰ ਮੈਂ ਤੁਹਾਡੇ ਰਿਐਕਸ਼ਨ ਸ਼ਾਟ ਆ ਤੇ ਹੁਣ ਉਹ ਮਤਲਬ ਕਿ 100% ਬੱਚਿਆਂ ਨੂੰ ਇਹ ਹੀ ਨਹੀਂ ਪਤਾ ਹੁੰਦਾ ਵੀ ਰਿਐਕਸ਼ਨ ਹੁਣ ਦੇਣੇ ਕਿੱਦਾਂ ਆ। ਹਾਂ। ਵੀ ਰਿਐਕਸ਼ਨ ਦੇਣੇ ਕਿੱਦਾਂ ਹੁਣ ਤਰ੍ਹਾਂ ਤਰ੍ਹਾਂ ਦੇ ਮੂੰਹ ਬਣਾਣੇ ਕਿੱਦਾਂ। ਹਣਾ ਉਹ ਕਹਿੰਦੇ ਵੀ ਸਾਰੇ ਫਿਲਮ ਦੇ ਅਕੋਰਡਿੰਗਲੀ ਤੁਸੀਂ 10 ਮਿੰਟ ਦੀ ਸਮੇਂ ਲੋ ਸੀਨ ਦੇ ਅਕੋਰਡਿੰਗਲੀ ਰਿਐਕਸ਼ਨ ਦੇ ਦਿਓ ਇਕੱਠੇ। ਹੁਣ ਉਹਨਾਂ ਨੂੰ ਚੇਂਜ ਕਰਨਾ ਆ ਰਿਹਾ ਵੀ ਮੂੰਹ। ਮਤਲਬ ਡਾਇਲਗ ਬੋਲੇ ਬਿਨਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਐਕਸਪ੍ਰੈਸ਼ਨ ਦੇਣੇ ਕਿਦੋਂ ਇਦਾਂ ਦੇਖ ਜਾਂਦੇ ਮੂੰਹ ਆ। ਇਹ ਚੀਜ਼ਾਂ ਜਿਹੜੀ ਫੀਲਿੰਗ ਹੈ ਸਾਰੀ ਫੇਸ ਤੇ ਦਿਖਾਉਂਦਾ ਹਾਂ ਫੇਸ ਐਕਟਿੰਗ ਤਾਂ ਹੈ ਹੀ ਫੇਸ ਦੀ ਆ ਅੱਖਾਂ ਦੀ ਆ ਹਨਾ ਅੱਖਾਂ ਤੋਂ ਜਿਹੜੇ ਨਵ ਰੰਗ ਆਪਾਂ ਸੰਜੀਵ ਕੁਮਾਰ ਜੀ ਦੀ ਫਿਲਮ ਹੈ ਉਹ ਤੁਸੀਂ ਦੇਖ ਨਵ ਰੰਗ ਮੈਂ ਨੌ ਰੰਗ ਜਿਹੜੇ ਜੀਵਨ ਦੇ ਸ਼ਾਇਦ ਉਹ ਨੌ ਰੰਗ ਹੀ ਹੈ ਉਹ ਚ ਉਹਨਾਂ ਨੇ ਦਿਖਾਇਆ ਸੀ ਵੀ ਕਿੱਦਾਂ ਹੁੰਦੇ ਐ ਐਕਟਿੰਗ ਵੀ ਉਹ ਉਹਨੂੰ ਬੱਚਿਆਂ ਨੂੰ ਪਤਾ ਹੀ ਨਹੀਂ ਹੈਗਾ ਐਕਸਪ੍ਰੈਸ਼ਨ ਕਿੱਦਾਂ ਦੇਣੇ ਆ ਮੂੰਹ ਕਿੱਦਾਂ ਬਣਾਣੇ ਆ ਉਹ ਫੇ ਜਦੋਂ ਬਾਹ ਵਾਸਤਾ ਪੈਂਦਾ ਫੇ ਉਹਨਾਂ ਨੂੰ ਪੈਂਦੀ ਹੱਥਾਂ ਪੈਰਾਂ ਦੀ ਤੇ ਜਿਆਦਾਤਰ ਤਾਂ ਉੱਥੇ ਤੱਕ ਪਹੁੰਚਦੇ ਨਹੀਂ ਜਦ ਤੱਕ ਇੱਥੇ ਖੋਸ਼ ਆ ਬਈ ਠੀਕ ਆ ਥੋੜਾ ਬੋਧ ਚੱਲੀ ਜਾਂਦਾ ਪਿਆ ਰਿਲ ਆ ਰਹੀਆਂ ਪੈਸਾ ਆ ਰਿਹਾ ਲੋਕੀ ਜਾਣਦੇ ਆ ਅਗਲੇ ਕਹਿੰਦੇ ਬਈ ਠੀਕ ਆ ਪਿੱਛੋਂ ਡੈਡੀ ਕੋਲ ਵੀ ਪੈਸਾ ਬਾਹ ਕਹਾਣੀ ਖਤਮ ਅਗਲੇ ਉਹਨਾਂ ਨੂੰ ਹੋਰ ਕੀ ਚਾਹੀਦਾ ਸਹੀ ਗੱਲ ਆ ਪਰ ਤੁਹਾਨੂੰ ਵੀ ਕਿਤੇ ਨਾ ਕਿਤੇ ਇਹ ਇਰਿਟੇਸ਼ਨ ਤਾਂ ਹੁੰਦੀ ਹੋਣੀ ਅੰਦਰੋਂ ਕਿ ਇਹ ਇਕੋਦਮ ਚੇਂਜ ਹੋ ਗਿਆ ਫਿਲਮਾਂ ਦਾ ਮਾਹੌਲ ਨਹੀਂ ਰਿਹਾ ਸਾਰੇ OTT ਵਾਲੇ ਆ ਗਏ ਮਤਲਬ ਕਿਦਾਂ ਕਿਉਂਕਿ ਜਿਹੜਾ ਤੁਹਾਡਾ ਮਾਈਂਡਸੈਟ ਹੈ ਜਾਂ ਜਦੋਂ ਤੁਸੀਂ ਕੰਮ ਕਰ ਰਹੇ ਹੋ ਤੁਹਾਡੇ ਕੰਮ ਕਰਨ ਦਾ ਸਟਾਈਲ ਹੋਰ ਸੀਗਾ ਹੁਣ ਇੱਕੋ ਦਾ ਵੀ ਪਲਟੀ ਵਜ੍ਹੀ ਕਹਿ ਲੋ ਕਰੋਨਾ ਤੋਂ ਬਾਅਦ ਸਾਰਾ ਕੁਝ ਚੇਂਜ ਹੋ ਗਿਆ ਤੇ ਤੁਹਾਨੂੰ ਇਰੀਟੇਸ਼ਨ ਹੁੰਦੀ ਹੈ ਕਿ ਵਧੀਆ ਲੱਗਦਾ ਕਿ ਹਾਂ ਯਾਰ ਆਪਾਂ ਹੋਰ ਨਵਾਂ ਕੁਝ ਕਰਨ ਨੂੰ ਮਿਲੂਗਾ ਅੱਛੀ ਜੀ ਮੈਂ ਨਾ ਆਪਣੇ ਸੀਨੀਅਰ ਕਲਾਕਾਰ ਦੀ ਮੇਰੀ ਆਦਤ ਆ ਵੀ ਜਿੰਨੇ ਵੀ ਕਲਾਕਾਰ ਹੈਗੇ ਨਾ ਵੱਡੇ ਵੱਡੇ ਕਲਾਕਾਰ ਦਲੀਪ ਕੁਮਾਰ ਸਾਹਿਬ ਧਰਮਿੰਦਰ ਜੀ ਅੱਜ ਕੱਲ ਦੇ ਲੈ ਲਓ ਆਮਿਰ ਖਾਨ ਸੰਜੇ ਦਾ ਇਹਨਾਂ ਦੀ ਨਾ ਇੰਟਰਵਿਊ ਸੁਣਨ ਦਾ ਮੈਨੂੰ ਬੜਾ ਸ਼ੌਂਕ ਹੈ ਮੈਂ ਇਹਨਾਂ ਦੀ ਫਿਲਮ ਦੇਖਣ ਦਾ ਦੇਖਾਂ ਇੰਟਰਵਿਊ ਜਿੱਥੇ ਲੱਗੀ ਹੁੰਦੀ ਨਾ ਤੇ ਉਹ ਮੈਂ ਜ਼ਰੂਰ ਦੇਖਦਾ ਹਾਂ ਟਾਈਮ ਕੱਢ ਕੇ ਤੇ ਆਮਿਰ ਖਾਨ ਇੱਕ ਇੰਟਰਵਿਊ ਚ ਆਪਣੇ ਕਹਿ ਰਹੇ ਹੀ ਕਹਿੰਦਾ ਵੀ ਜਦੋਂ ਸੰਜੂ ਬਾਬਾ ਦੀ ਫਿਲਮ ਆਂਦੀ ਹੈ ਨਾ ਮੁੰਨਾ ਬਾਈ ਐਮਬੀਬੀਐਸ ਤੇ ਕਹਿੰਦਾ ਕਹਿੰਦਾ ਮੈਂ ਕਹਿੰਦਾ ਯਾਰ ਕੀ ਬਾਤ ਹੈ ਕੀ ਸੰਜੂ ਬਾਬਾ ਕੀ ਕੰਮ ਕੀਤਾ ਯਾਰ ਕਮਾਲ ਕਰਤਾ ਤੇ ਕਹਿੰਦਾ ਜਦੋਂ ਕੋਈ ਪੁੱਠੀ ਸਿੱਧੀ ਜੀ ਫਿਲਮ ਹਿੱਟ ਹੋ ਜਾਂਦੀ ਫੇ ਕਹਿੰਦਾ ਲੋਕਾਂ ਅਸੀਂ ਦੇਖੇ ਲੋਕਾਂ ਨੂੰ ਕਹਿੰਦਾ ਯਾਰ ਇਹ ਲੋਕਾਂ ਨੂੰ ਕੀ ਹੋ ਗਿਆ ਕਿਦੋਂ ਜੈਲਸੀ ਨਹੀਂ ਆ ਜੈਲਸੀ ਨਹੀਂ ਆ ਜੈਲਸੀ ਨਹੀਂ ਆ ਅੱਛੇ ਕੰਮ ਨੂੰ ਆਪਾਂ ਅਪਰੀਸ਼ੀਏਟ ਵੀ ਕਰਦੇ ਜਦੋਂ ਮਾੜੇ ਨੂੰ ਲੋਕੀ ਅਪਰੀਸ਼ੀਏਟ ਕਰਦੇ ਫੇ ਬੰਦ ਕਹਿੰਦਾ ਯਾਰ ਇਹ ਦੁਨੀਆ ਨੂੰ ਕੀ ਹੋ ਗਿਆ ਹੈ ਆਡੀਅנס ਨੂੰ ਕੀ ਹੋ ਗਿਆ ਮੇਰੀ ਜੈਲਸੀ ਨਹੀਂ ਆ ਉਹ ਇੱਕ ਹਾਂ ਮਤਲਬ ਕਿਤਨਾ ਕਿਸੇ ਨਾ ਇਹ ਇਨਫਲੂਐਂਸਰ ਵਾਲਾ ਚੱਕਰ ਯਾਰ ਰੀਜ਼ ਵਾਲਾ ਚੱਕਰ ਤਾਂ ਵੀ ਚੱਲਦਾ ਹੈ ਕਿ ਅੱਜਕੱਲ੍ਹ ਲੋਕਾਂ ਕੋਲ ਥੀਏਟਰ 'ਚ 3 ਘੰਟੇ ਬੈ ਕੇ ਫਿਲਮ ਦੇਖਣ ਦਾ ਟਾਈਮ ਨਹੀਂ ਹੈਗਾ ਤੇ ਆਪਣੀ ਦੁਕਾਨ ਤੇ ਬੈ ਕੇ ਜੋ 10 ਮਿੰਟ ਫ੍ਰੀ ਹੈਗੇ ਆ ਏਦਾਂ-ਏਦਾਂ ਕਰਕੇ ਉਹਨਾਂ ਨੇ 3 3 ਸੈਕਿੰਡ ਦੀ 1-1 ਮਿੰਟ ਦੀਆਂ 15 ਵੀਡੀਓ ਦੇਖ ਲਵਾਂਗੇ ਹੋਰ ਇਹ ਕਹਿ ਸਕਦੇ ਆ ਵੀ ਕਲਾਕਾਰੀ ਦੀ ਪਰਿਭਾਸ਼ਾ ਇਹ ਕਹ ਲਓ ਵੀ ਚੇਂਜ ਹੋ ਗਈ ਪਰ ਕਿਤੇ ਨਾ ਕਿਤੇ ਤਾਂ ਦੇਖੋ ਤੁਹਾਨੂੰ ਆਣਾ ਹੀ ਪੈਣਾ ਨਾ ਜੇ ਫਿਲਮਾਂ 'ਚ ਜਾਂ ਤੁਸੀਂ ਸੀਰੀਅਲ ਚਾਹੁੰਦੇ ਆ ਤੇ ਉੱਥੇ ਤੁਹਾਨੂੰ ਇਹ ਨਾ ਕਲਾਕਾਰਾਂ ਨੂੰ ਬਹੁਤ ਘਾਟਾ ਹੁੰਦਾ ਹੈ ਸਹੀ ਗੱਲ ਇਹਨਾਂ ਨੂੰ ਕਲਾਕਾਰਾਂ ਨੂੰ ਬਹੁਤ ਕਾਟਾ ਹੁੰਦਾ ਹੈ ਤੇ ਜਦੋਂ ਉਹਨਾਂ ਦੇ ਬਰਾਬਰ ਕੋਈ ਦੂਜਾ ਕਲਾਕਾਰ ਜਿਹਨੇ ਥੀਏਟਰ ਕੀਤਾ ਹੋਇਆ ਜਾਂ ਕੋਈ ਹੋਰ ਤੇ ਉਹ ਫਰਕ ਸਾਫ਼ ਝਲਕਦਾ ਹੁੰਦਾ ਦੋਨਾਂ 'ਚ ਜ਼ਮੀਨ ਅਸਮਾਨ ਦਾ ਨਹੀਂ ਜ਼ਮੀਨ ਅਸਮਾਨ ਤੇ ਪਤਾਲ ਦਾ ਫਰਕ ਪੈ ਜਾਂਦਾ ਉਹਨਾਂ ਦੋਨਾਂ ਦੇ ਐਕਟਿੰਗ ਵਿੱਚ ਉਹਨਾਂ ਦੇ ਫਰਕ ਨਾਪਿਆ ਨਹੀਂ ਜਾ ਸਕਦਾ ਉਹ ਨਾਪਿਆ ਨਹੀਂ ਜਾ ਸਕਦਾ ਨਾ बराबर ਕੀਤਾ ਜਾ ਸਕਦਾ ਕਦੀ ਵੀ ਕਿਉਂਕਿ ਜਿਸ ਵਿੱਚ ਅਗਲਾ ਬੰਦਾ 10 ਸਾਲ ਰਗੜ ਰਗੜ ਕੇ ਚੱਲਿਆ ਤੇ ਦੂਜਾ ਬੰਦਾ 10 ਰੀਲਾਂ ਕਰਨ ਤੋਂ ਬਾਅਦ ਇੱਕੋ ਦਮ ਹੀ ਚੱਲਿਆ ਨਹੀਂ ਹਿੱਟ ਹੋ ਜਾ ਚਲੋ ਵਧੀਆ ਗੱਲ ਆ ਹਿੱਟ ਹੋ ਗਏ ਤੁਸੀਂ ਪਰਮਾਤਮਾ ਨੇ ਤੁਹਾਨੂੰ ਨੇਮ ਫੇਮ ਦੇ ਦਿੱਤਾ ਪੈਸਾ ਦੇ ਦਿੱਤਾ ਲੇਕਿਨ ਅਗਰ ਐਕਟਰ ਬੰਨਣਾ ਆ ਮੈਂ बार-बार ਫੇਕ ਕਰ ਰਿਹਾ ਅਗਰ ਐਕਟਰ ਬੰਨਣਾ ਆ ਹਾਂਜੀ ਤੇ ਉਹ ਨਰਸਰੀ ਤੋਂ ਸ਼ੁਰੂ ਹੋਣਾ ਪੈਣਾ ਤੁਹਾਨੂੰ ਥੀਏਟਰ ਤੋਂ ਸ਼ੁਰੂ ਹੋਣਾ ਪੈਣਾ ਫੇ ਹੀ ਐਕਟਿੰਗ ਦੀਆਂ ਬਰੀਕੀਆਂ ਜੇ ਐਕਟਿੰਗ ਕਰ ਤਾਨੂੰ ਐਕਟਿੰਗ ਬਾਰੇ ਪਤਾ ਲੱਗਣਾ ਵੀ ਕੀ ਆ ਨਹੀਂ ਤਾਂ ਫੇ ਉੱਥੇ ਕਹਿੰਦੇ ਉੜ ਗਏ ਤੋਤੇ ਤੇ ਤੋਤੇ ਉੱਡ ਜਾਂਦੇ ਨੇ ਉਦੋਂ ਜਦੋਂ ਸ਼ਾਟ ਚੱਲਦਾ ਨਾ ਫੇ ਉੱਥੇ ਉਹ ਲੋਕ ਕਹਿੰਦੇ ਯਾਰ ਕੀ ਕਰੀ ਜਾਂਦਾ ਬੰਦਾ ਮਤਲਬ ਕਿ ਸੋਸ਼ਲ ਮੀਡੀਆ ਦੇ ਸੈਲੀਬ੍ਰਿਟੀ ਮੇਰੇ ਨਾਲ ਸੀਰੀਅਲ ਵਿੱਚ ਕੰਮ ਕਰਕੇ ਗਏ ਆ ਮੈਂ ਆਪਣਾ ਪੈਕਅਪ 7 ਵਜੇ ਕਰਕੇ ਤੇ ਆਪਣੇ ਰੂਮ ਵਿੱਚ ਆ ਗਿਆ ਤੇ ਡਾਇਰੈਕਟਰ ਰਾਤੀ 2:30 ਵਜੇ ਆ ਕੇ ਮੈਨੂੰ ਕਹਿ ਰਹੇ ਭਾਜੀ ਸੋਸ਼ਲ ਮੀਡੀਆ ਵਾਲਾ ਬੰਦਾ ਉਹ ਜਿਹੜਾ ਤੁਸੀਂ ਸਟਾਰ ਸੱਦਿਆ ਸੀਗਾ ਉਹ 2:30 ਵਜੇ ਰਾਤ ਦੇ ਉਹ ਕੋ ਰੀਟੇਕ ਤੇ ਰੀਟੇਕ ਰੀਟੇਕ ਤੇ ਰੀਟੇਕ ਕੋ ਕੋ ਟੇਕ ਨਹੀਂ ਹੋਣ ਡਿਆ ਕਹਿੰਦਾ ਮੈਂ ਕਹਿੰਦਾ ਪ੍ਰਭਾ ਮੈਨੂੰ ਤਾਂ ਪਤਾ ਨਹੀਂ ਚੈਨਲ ਵਾਲੇ ਨੇ ਸੱਦਿਆ ਸੀ ਇਹ ਸੈਲੀਬ੍ਰਿਟੀ ਮੈਨੂੰ ਯਾਦ ਆ ਚੰਡੀਗੜ੍ਹ ਦਾ ਸ਼ੂਟ ਸੀ ਕਹਿੰਦਾ ਉਹ ਕਹਿੰਦਾ 2:30 ਵਜੇ ਡਾਕਟਰ ਤੂ ਦਾ ਫਰਦਾਨ ਹਾਂ ਡਾਇਰੈਕਟਰ ਆਇਆ 2:30 ਵਜੇ ਕਹਿੰਦਾ ਉਹ ਪ੍ਰਭਾ ਉਹਦੇ ਕਹਿੰਦਾ ਪਿੱਛੋਂ ਬੋਲ ਰਹੇ ਆ ਤੇ ਫੇ ਉਹ ਡਾਇਲੌਗ ਜਿੱਦਾ ਰਾਮ ਲਾ ਵਿੱਚ ਪ੍ਰੋਂਪਟਨ ਹੁੰਦੇ ਨਾ ਪ੍ਰੋਂਪ ਕਹਿੰਦੇ ਹੁੰਦੇ ਵਿੱਚ ਪਿੱਛੋਂ ਬੋਲਣਾ ਡਾਇਲੌਗ ਤਾਂ ਅੱਗੇ ਉਹਨੇ ਫੇ ਬੋਲਣਾ ਤੇ ਕਹਿੰਦਾ ਇਦਾਂ ਕੋਈ ਕੱਲਾ ਕੱਲਾ ਡਾਇਲੌਗ ਕਰਵਾ ਰਹੇ ਆ ਤੇ ਕਹਿੰਦਾ ਉਹ ਫੇ ਨਹੀਂ ਹੋਣ ਦੇ ਕੋ ਤੂੰ ਜੇ ਕ ਅਲੱਗ ਅਲੱਗ ਰਾਵਾਂਗੇ ਤਾਂ ਐਕਸਪ੍ਰੈਸ਼ਨ ਤੇ ਕਿੱਥੋਂ ਹੀ ਆ ਲੈਣਗੇ ਉਹ ਤਾਂ ਤੁਸੀਂ ਸ਼ੁਕਰ ਕਰੋ ਉਹਨੇ ਡਾਇਲ ਕੰਪਲੀਟ ਕਰ ਲਿਆ ਐਕਸਪ੍ਰੈਸ਼ਨ ਨਾਲ ਤਾਂ ਮਤਲਬ ਹੀ ਨਹੀਂ ਨਾ ਪਰ ਉਹ ਕੀ ਕਰੀਏ ਲੋਕੇ ਵੀ ਦੇਖਦੇ ਆ ਤੇ ਚੈਨਲ ਦੀ ਵੀ ਡਿਮਾਂਡ ਸੀ ਵੀ ਇਹ ਇਹ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਮਤੇ ਹੈਗਾ ਵੀ ਸਟਾਰ ਹੈ ਇਹਨੂੰ ਬਲਾਓ ਬੁਲਾ ਲਿਆ ਉਹਨਾਂ ਨੂੰ ਤੁਹਾਨੂੰ ਦੇਖਿਆ ਉਥੇ ਕੀ ਹੋਇਆ ਹਾਂਜੀ ਹਾਂਜੀ ਤੇ ਅ ਚਲੋ ਐਕਟਿੰਗ ਬਾਰੇ ਦੇ ਬਹੁਤ ਕੁਝ ਜਾਣਿਆ ਤੁਹਾਡੇ ਬਾਰੇ ਵੀ ਜਾਣਿਆ ਤੇ ਹੁਣ ਥੋੜਾ ਦੱਸੋ ਕਿ ਸੁਣਨ ਚ ਆ ਰਿਹਾ ਕਿ ਤੁਸੀਂ ਐਕਟਿੰਗ ਸਕੂਲ ਸ਼ੁਰੂ ਕਰਨ ਲੱਗੇ ਆ ਹਾਂਜੀ ਹਾਂਜੀ ਉਹ ਇਹ ਦੇਖੋ ਕਾਫੀ ਚੇਰ ਦੀ ਸਾਡੇ ਇਲਾਕੇ ਦੀ ਪੰਜਾਬ ਦੀ ਕਹਿ ਲਓ ਅਸੀਂ ਜਲੰਧਰ ਨੂੰ ਬਿਲੋਂਗ ਕਰਦੇ ਜਲੰਧਰ ਵਿੱਚ ਵੀ ਜਿਹੜੇ ਅੱچھے ਲੋਕ ਨੇ ਮਾਪੇ-ਬਾਪ ਨੇ ਜਿਹੜੇ ਬੱਚੇ ਚੰਦਰਪੀ ਹਾਂ ਸਾਡੇ ਬੱਚੇ 'ਚ ਟੈਲੈਂਟ ਹੈਗਾ ਲੇਕਿਨ ਉਹਨੂੰ ਨਿਖਾਰ ਕੇ ਅੱਗੇ ਲੈ ਕੇ ਜਾਈਏ ਤੇ ਉਹਦੇ ਲਈ ਐਕਟਿੰਗ ਸਕੂਲ ਦਾ ਇੱਕ ਬਹੁਤ ਜ਼ਰੂਰਤ ਸੀ ਔਰ ਬਹੁਤ ਜਲਦ ਅਸੀਂ ਇਹਨੂੰ ਲਾਂਚ ਕਰਨ ਜਾ ਰਹੇ ਹਾਂ ਆਨਲਾਈਨ ਵੀ ਕਲਾਸਿਸ ਹੋਣਗੀਆਂ ਹਾਂਜੀ ਤੇ ਦੂਸਰੀ ਕਲਾਸਿਸ ਜਿਹੜੀ ਫਿਜ਼ੀਕਲ ਕਲਾਸਿਸ ਕੀ ਕਹਿੰਦੇ ਇਹਨੂੰ ਫਿਜ਼ੀਕਲ ਕਲਾਸਿਸ ਕਹਿੰਦੇ ਉਹ ਉਹ ਵੀ ਹੋਣਗੀਆਂ ਜੀ ਫੇਸ ਟੂ ਫੇਸ ਵੀ ਹੋਗੀਆਂ ਆਨਲਾਈਨ ਵੀ ਹੋਗੀਆਂ ਉਸ ਵਿੱਚ ਬੱਚਿਆਂ ਨੂੰ ਆਪਾਂ ਪੂਰਾ ਕੈਮਰੇ ਬਾਰੇ ਨੋਲੇਜ ਹਰ ਹਾਂ ਹਰ ਤਰ੍ਹਾਂ ਦਾ ਐਕਟਿੰਗ ਦੀ ਸਾਡੇ ਅਲੱਗ-ਅਲੱਗ ਪੀਰੀਅਡ ਹੋਇਆ ਕਰਨਗੇ ਅਲੱਗ-ਅਲੱਗ ਉਹ ਚ ਜਿਹੜੇ ਐਕਸਪਰਟ ਹੋਣਗੇ ਉਹਨਾਂ ਨੂੰ ਐਕਟਿੰਗ ਸਿਖਾਇਆ ਕਰਨਗੇ ਐਕਸਪ੍ਰੈਸ਼ਨਸ ਰਿਐਕਸ਼ਨਸ ਮਤਲਬ ਸ਼ੁਰੂ ਬੇਸਿਕ ਪੇਸਿਕ ਤੋਂ ਸ਼ੁਰੂ ਤੋਂ ਸ਼ੁਰੂ ਕਰਾਂਗੇ ਉਹਨਾਂ ਨੂੰ ਓਕੇ ਮਤਲਬ ਜੇ ਕਿਸੇ ਦਾ ਮਨ ਵੀ ਹੈਗਾ ਜਾਂ ਕਿਸੇ ਨੂੰ ਲੱਗਦਾ ਕਿ ਮੈਂ ਕਰਨਾ ਚਾਹਨਾ ਤੇ ਉਹ ਇੱਕ ਬੇਸਿਕਲੀ ਇੱਕ ਵਾਰ ਆ ਕੇ ਕਿਉਂਕਿ ਹੀਰੇ ਮੰਨ ਲਿਆ ਹੀਰੇ ਸਾਰੇ ਆ ਪਰ ਉਹ ਵਧੀਆ ਤਾਂ ਲੱਗੂਗਾ ਜਦੋਂ ਤਰਾਸ਼ਿਆ ਜਾਊਗਾ ਤੁਸੀਂ ਸਿਖਾਣੀ ਅਲੱਗ ਗੱਲ ਹੈ ਬਟ ਉਹ ਤਰਾਸ਼ਿਆ ਜਾਊਗਾ ਹਾਂ ਉਹ ਐਕਟਰ ਤਾਂ ਕਹਿੰਦੇ ਨੂੰ ਬੇਪਰੈਸ਼ੀ ਹੁੰਦੇ ਆ ਉਹਨਾਂ ਨੂੰ ਤਰਾਸ਼ਿਆ ਜਾ ਸਕਦਾ ਬਸ ਉਹੀ ਕੰਮ ਸਾਡੇ ਐਕਟਿੰਗ ਸਕੂਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿੰਨੇ ਕੁ ਬੱਚੇ ਆਣਗੇ ਸਾਡੇ ਕੋ ਉਹਨਾਂ ਦੇ ਕਲਾਸਿਸ ਬਾਕੀ ਔਨਲਾਈਨ ਤਾਂ ਪੂਰੇ ਪੰਜਾਬ ਤੋਂ ਪੂਰੇ ਇੰਡੀਆ ਤੋਂ ਕਿਤੇ ਵੀ ਆ ਸਕਦੇ ਨੇ ਠੀਕ ਹੈ ਜੀ ਅੱਛਾ ਡਿਪਲੀ ਜੀ ਦੇ ਅੰਦਰ ਜੀ ਥੋੜਾ ਬਹੁਤ ਬਥੇੜਕਿਓ ਤੁਸੀਂ ਇੱਥੇ ਪੋਡਕਾਸਟ ਤੇ ਆਏ ਤੇ ਬਾਕੀ ਸਕੂਲ ਦੀ ਜਿਹੜੀ ਡਿਟੇਲਸ ਹੈ ਐਕਟਿੰਗ ਸਕੂਲ ਦੀ ਸਾਡੇ ਕੋ ਆਪਾਂ ਆਪਣੀ ਜਿਹੜੀ ਇੰਟਰੋਡਕਸ਼ਨ ਹੈ ਉਹਦੇ ਵਿੱਚ ਲਿਖ ਦਾਂਗੇ ਲਿੰਕ ਦੇ ਦਾਂਗੇ ਤੇ ਮਿਲਦੇ ਆਂ ਫਿਰ ਠੀਕ ਆ ਜੀ ਬਹੁਤ ਅੱਛਾ ਲੱਗਿਆ ਤੁਹਾਨੂੰ ਹਾਂ ਤੁਹਾਡੇ ਨਾਲ ਵੀ ਗੱਲ ਕਰਕੇ ਮੈਨੂੰ ਬਹੁਤ ਚੰਗਾ ਲੱਗਦਾ ਮੈਨੂੰ ਨਾ ਇਹ ਇੰਟਰਵਿਊ ਹੈਗੀ ਆ ਤੇ ਨਾ ਇੰਟਰਵਿਊਸ ਆ ਬਹੁਤ ਚੈਨਲ ਵਾਲੇ ਆਂਦੇ ਰਹਿੰਦੇ ਨੇ ਲੇਕਿਨ ਮੈਂ ਵਾਈਡੀ ਕਰਦਾ ਹੁੰਨਾ ਨਹੀਂ ਇਹ ਸਹੀ ਹੈ ਪਤਾ ਮੈਨੂੰ ਉਹ ਹੈ ਵੀ ਜੋ ਗੱਲਾਂ ਜੀਆਂ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਦਾ ਤੁਹਾਡਾ ਇੱਕ ਸਟਾਈਲ ਹੈ ਉਹ ਲੱਗਦਾ ਹੀ ਨਹੀਂ ਵੀ ਇੰਟਰਵਿਊ ਲਗਦਾ ਪਰ ਚਲੋ ਬੈਠੇ ਗੱਲਾਂ ਬਾਤਾਂ ਕਰਦੇ ਆਂ ਕਾਰ ਤੇ ਦੋ ਜਣੇ ਜਾ ਰਹੇ ਆਂ ਹੈਨਾ ਤੇ ਉਹ ਇੱਕ ਉਹ ਪਾ ਗੱਲਾਂ ਬਾਤਾਂ ਕਰਦੇ ਜਾ ਰਹੇ ਆਂ ਵਧੀਆ ਲੱਗਦਾ ਨਹੀਂ ਨਹੀਂ ਉਹ ਕੋਈ ਨਾ ਕੋਈ ਟਾਪਿਕ ਜਦੋਂ ਆਉਂਦਾ ਨਾ ਤੇ ਸਾਨੂੰ ਪਤਾ ਲੱਗ ਜਾਂਦਾ ਕਿ ਈ ਵਿਊਅਰਸ ਇਹ ਕਹਿੰਦੇ ਪਏ ਆ ਕਿ ਜੇ ਤੁਸੀਂ ਕਹਿੰਦੇ ਪਿਓ ਕਿ ਜੇ ਇੰਸਟਾਗ੍ਰਾਮ ਵਾਲੀ ਐਕਟਿੰਗ ਐਕਟਿੰਗ ਨਹੀਂ ਹੈਗੀ ਫਿਰ ਕਿਹੜੀ ਹੈਗੀ ਹੈ ਫਿਰ ਉਹ ਸਾਨੂੰ ਲੱਗਦਾ ਕਿ ਕੋਈ ਐਕਸਪੀਰੀਐਂਸਡ ਬੰਦੇ ਰਪਲਾਈ ਇਹ ਉਹ ਜ਼ਿਆਦਾ ਵਧੀਆ ਸਮਝਾ ਸਕਦਾ ਕਿ ਹੈ ਕੀ ਇਹ ਫਿਰ ਤੇ ਚਲੋ ਸਰ ਮਿਲਦੇ ਆਂ ਠੀਕ ਹੈ ਅਗਲੀ ਵੀਡੀਓ ਚ ਫਿਰ ਥੈਂਕ ਯੂ ਤੇ ਥੈਂਕ ਯੂ ਤੁਹਾਡੇ ਸਾਰਿਆਂ ਦਾ ਤੁਸੀਂ ਸਾਡੀ ਵੀਡੀਓ ਐਂਡ ਤੱਕ ਦੇਖੀ ਹੈ ਤੇ ਜੇ ਤੁਹਾਨੂੰ ਕੁਝ ਲੱਗਾ ਐਸਾ ਕਿ ਹਾਂਜੀ ਡਿਪਟੀ ਜੀ ਨੇ ਜਾਂ ਮੇਰੀ ਵੀ ਕੋਈ ਇੱਕ ਅੱਧੀ ਗੱਲ ਵਧੀਆ ਲੱਗੀ ਹੋਵੇ ਤੇ ਪਲੀਜ਼ ਇਹ ਵੀਡੀਓ ਨੂੰ ਲਾਈਕ ਕਰਿਓ ਇਹਨੂੰ ਸ਼ੇਅਰ ਕਰਿਓ ਥੱਲੇ ਕਮੈਂਟਸ ਕਰਿਓ ਮਾੜਾ ਵੀ ਹੋਇਆ ਤਾਂ ਵੀ ਕਮੈਂਟ ਕਰਿਓ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਸੋ ਅਗਲੀ ਵਾਰ ਆਪਾਂ ਫੇਰ ਮਿਲਾਂਗੇ ਮੈਂ ਤੁਹਾਡਾ ਦਿਲਪ੍ਰਿਤ ਬਹੁਤ ਜ਼ਖਲੀ ਸਤਿ ਸ਼੍ਰੀ ਅਕਾਲ